ਸਰ ਪਹੁੰਚੋ ਮੌਕੇ ਤੇ ਕੀ ਹੈ ਮਸਲਾ ਕੀ ਹੈ ਇਹ ਆਏ ਸੀਗੇ ਕੋਈ ਬੰਦੇ ਆਏ ਸੀਗੇ ਉਹਨਾਂ ਨੇ ਇਹਨਾਂ ਨੂੰ ਖੜਕਾਇਆ ਇਹਨਾਂ ਦਾ ਦਰਵਾਜ਼ਾ ਤੇ ਆ ਕੇ ਇਹਨਾਂ ਦੇ ਘਰ ਤੋਂ ਖੋਹ ਕੀਤੀ ਹੈ ਤੇ ਉਹ ਹਲੇ ਆਪਾਂ ਕਰਦੇ ਪਏ ਆ ਇਨਫੋਰਮੇਸ਼ਨ ਲੈ ਕੇ ਤੁਹਾਡੇ ਕੋਲ ਰਿਕਵਰ ਹੋਇਆ ਸਰ ਕੀ ਹੈ ਮੌਕੇ ਤੁਸੀਂ ਕੋਈ ਪੈ ਤੱਕ ਪਹੁੰਚੇ ਤੁਸੀਂ ਹਲੇ ਨਹੀਂ ਹਲੇ ਕਰ ਰਹੇ ਹਾਂ ਜੀ ਹਲੇ ਇਨ ਪ੍ਰੋਸੈਸ ਆ ਵੈਪਨ ਸਰ ਤੁਹਾਡੇ ਸਾਡੇ ਕਬਜ਼ੇ 'ਚ ਹੈਗਾ ਜੀ ਵੈਪਨ ਆਪਾਂ ਉੱਥੋਂ ਹੀ ਅੱਗੇ ਚੱਲਾਂਗੇ ਸਰ ਨੁਕਸਾਨ ਕਿੰਨਾ ਹੋਇਆ ਪਾਰਟੀ ਦਾ ਜੀ ਇਹਨਾਂ ਨੇ ਕਿਹਾ ਕਿ 50,000 ਰੁਪਏ ਦਾ ਨੁਕਸਾਨ ਹੈਗਾ ਸਰ ਗਹਿਣਾ ਕੱਟਾ ਕੀ ਗਿਆ ਨਹੀਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਦੱਸੀ ਦੋ ਘਟਨਾ ਵਾਪਰੀ ਤੁਸੀਂ ਘਰ ਵਿੱਚ ਮੌਜੂਦ ਸੀਗੇ ਹਾਂਜੀ ਕੀ ਹੋਇਆ ਕੀ ਸੀਗਾ ਮਤਲਬ ਉਹ ਮੇਰੇ ਹਸਬੈਂਡ ਨੂੰ ਅੰਦਰ ਲੈ ਕੇ ਆ ਗਏ ਤੇ ਕਹਿੰਦੇ ਪੈਸੇ ਦੋ ਜਿਹੜੇ ਵੀ ਹੈਗੇ ਆ ਤੁਹਾਡੇ ਕੋਲ ਮੈਂ ਕਿਹਾ ਕੋਈ ਨਹੀਂ ਪੈਸੇ ਕਹਿੰਦੇ ਤੂੰ ਆਪਣਾ ਬੰਦਾ ਬਚਾਣਾ ਜਾਂ ਨਹੀਂ ਬਚਾਣਾ ਮੈਂ ਕਿਹਾ ਸਾਡੇ ਕੋਲ ਪੈਸੇ ਹੈ ਹੀ ਨਹੀਂ ਆ ਕਹਿੰਦੇ ਦੱਸੋ ਇਹਨਾਂ ਨੇ ਪਰਸ ਕੱਢ ਕੇ ਫਿਰ ਫੜਾ ਤਾ ਕਹਿੰਦੇ ਹੋਰ ਦੱਸੋ ਕਿੱਥੇ ਕਿੱਥੇ ਆ ਮੈਂ ਕਿਹਾ ਹੋਰ ਕਿਤੇ ਨਹੀਂ ਕਹਿੰਦੇ ਘਰ ਦੇ ਵਿੱਚ ਕੌਣ ਕੌਣ ਹੈ ਹੋਰ ਤੇ ਮੈਂ ਕਿਹਾ ਹੋਰ ਕੋਈ ਵੀ ਨਹੀਂ ਹੈਗਾ ਘਰ ਦੇ ਵਿੱਚ ਅਸੀਂ ਆ ਬਸ ਹੈ ਜਾਣ ਵੇਲੇ ਕਹਿੰਦੇ ਕਿ ਹੁਣ ਦੱਸੋ ਅਸੀਂ ਕਿੱਧਰੋਂ ਜਾਈਏ ਫਿਰ ਕਹਿੰਦੇ ਆਪਾਂ ਤੁਹਾਨੂੰ ਅੰਦਰ ਡੱਕਣਾ ਹੈਗਾ ਸਾਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਬਾਥਰੂਮ ਦੀ ਉਹਨਾਂ ਕੋਲ ਕੁੰਡੀ ਨਹੀਂ ਬਾਹਰੋਂ ਲੱਗੀ ਨਾਲ ਹੀ ਉਹਨਾਂ ਕੋਲ ਕੁੰਡੀ ਲਓ ਫਟਾਫਟ ਦੌੜਨ ਦੀ ਉਹਨਾਂ ਨੇ ਕੀਤੀ ਫਿਰ ਆਪਾਂ ਬਾਹਰ ਨਿਕਲੇ ਫਿਰ ਪਾਪਾ ਨੇ ਰੋਲਾ ਪਾਇਆ ਕਿ ਚੋਰ ਆਏ ਆ ਤੁਹਾਡੇ ਕੈਸ਼ ਤੋਂ ਇਲਾਵਾ ਕੋਈ ਗੋਲਡ ਵਗੈਰਾ ਵੀ ਉਹਨਾਂ ਨੇ ਡਿਮਾਂਡ ਕੀਤੀ ਕੋਈ ਮੰਗਿਆ ਜਾਂ ਲੈ ਗਈ ਨਹੀਂ ਨਹੀਂ ਕੈਸ਼ ਕਹਿੰਦੇ ਪੈਸੇ ਦੋ ਪੈਸੇ ਦੋ ਪੈਸੇ ਦੋ ਬਸ ਹੋਰ ਕੋਈ ਗੋਲਡ ਵਗੈਰਾ ਨਹੀਂ ਕਿਹਾ ਤੁਹਾਨੂੰ ਨਹੀਂ ਗੋਲਡ ਉਹਦੇ ਚ ਬੇਟ ਮਾਰਨ ਦੀ ਕੋਸ਼ਿਸ਼ ਮਾਰੀ ਹੈ ਸਿਰ ਉਹਨਾਂ ਨੇ ਮੇਰੇ ਹਸਬੰਡ ਨੂੰ ਚਪੇੜ ਮਾਰੀ ਹੈ ਕਹਿੰਦੇ ਗੋਲੀ ਮਾਰ ਦੇਣੀ ਹੈ ਮੈਂ ਤੁਹਾਨੂੰ